ਅੱਜ ਆਪਾਂ ਗੱਲ ਕਰਦੀਆਂ ਸਟੂਡੈਂਟਸ ਦੇ ਪ੍ਰੋਸੈਸਿੰਗ ਟਾਈਮ ਦੀ ਤੇ ਪੀਪੀਆਰ ਟਾਈਮਲਾਈਨ ਦੀ ਸਟੂਡੈਂਟਸ ਵੀਜ਼ਾ ਦੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੋ ਵੀ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਨਿਊ ਅਪਡੇਟ ਆਵੇਗੀ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਟੂਡੈਂਟ ਪੀਪੀਆਰ ਦੀ ਪਹਿਲਾਂ ਜੋ ਸਪੀਡ ਸੀ ਬਹੁਤ ਸਲੋ ਸੀ ਪਰ ਹੁਣ ਸਪੀਡ ਬਹੁਤ ਫਾਸਟ ਹੋ ਗਈ ਹੈ ਮੈਂ ਵੀਡੀਓ ਵਿੱਚ ਕੁਝ ਪੀਪੀਆਰ ਟਾਈਮਲਾਈਨਸ ਸ਼ੇਅਰ ਕਰੂੰਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ